ਤੇ ਕੁੱਤਾ ਭੁਗਤੇ ਸੀਗੇ ਨਾ ਕੁੱਤੇ ਨੂੰ, ਉਹ ਪੈ ਗਏ ਸੀਗੇ ਕੰਧ ਟਪਕਾ ਕੇ ਕੁੱਤੇ ਨੂੰ ਪੈ ਗਿਆ। ਜਦ ਹਮ ਲੋਕ ਡੰਗ ਡੁੰਗ ਲੈ ਕੇ ਚ ਗਿਆ ਤਾਂ ਉਹਨਾਂ ਨੇ ਫਿਰ ਜਾ ਕੇ ਕੰਧ ਉਹ ਟਪ ਗਿਆ, ਉਹਨੇ ਕੰਧ ਟਪ ਕੇ ਜੀਰੀ ਤੇ ਲੰਘ ਗਈ। ਕੁੱਤਾ ਬਿਖੋ ਤਾਂ ਤੁਹਾਨੂੰ ਨਿਕਾਲ ਲਿਆ। वैसे है तो कोई और जानवर, शेर ही है मुझे लग रहा है। देखिए नहीं देखो इसके पैर, पैर जो है बड़े बड़े हैं, पूंछ नहीं है इसकी। वो पूंछ है की है, पूंछ नहीं है, इधर घुस गया वो। रात में गेट बंद करना पड़ता है, अंदर ना आ जावे, अंदर ना हो। थोड़े ऊपर में गेट सारे होंगे ਜਿਹੜਾ ਬੈਕ ਸਾਈਡ ਡੀਮਾਰਟ ਅਜਨਾਲੀ ਏਰੀਏ ਦੀ ਹੈ, ਜੋ ਤਕਰੀਬਨ ਰਾਤ ਨੂੰ 1:08 ਦੀ ਹੈ। ਜਿਨ੍ਹਾਂ ਨੇ ਵੀਡੀਓ ਬਣਾਈ ਹੈ, ਜਿਹੜੇ ਪ੍ਰਵਾਸੀ ਮਜ਼ਦੂਰ ਨੇ ਬਣਾਈ ਹੈ, ਉਹ ਵੀ ਮੌਕੇ 'ਤੇ ਸਾਨੂੰ ਮਿਲੇ ਸੀਗੇ। ਜਿਹਨੇ ਦੱਸੇ ਮੁਤਾਬਿਕ ਤਾਂ ਵੀਡੀਓ 'ਚ ਇਹ ਗੱਲ ਤਸਦੀਕ ਹੋ ਗਈ ਵੀ ਇਹ ਏਰੀਆ ਅਜਨਾਲੀ ਬਣਦਾ। ਜਿਸ ਤੋਂ ਬਾਅਦ 3 ਘੰਟੇ ਬਾਅਦ ਅੱਗੇ ਇੱਕ ਹੋਰ ਡੇਅਰੀ 'ਤੇ ਇਹ ਵੀਡੀਓ ਤੇਂਦੂਆ ਦੱਸਿਆ ਗਿਆ। ਇਸ ਤੋਂ ਬਾਅਦ DSP ਸਾਹਿਬ ਅਤੇ ਮੈਂ ਮੌਕੇ 'ਤੇ ਪਹੁੰਚ ਕੇ ਅਸੀਂ ਫੋਰੈਸਟ ਮਹਿਕਮੇ ਨੂੰ ਬੁਲਾ ਲਿਆ ਸੀ, ਉੱਥੇ ਰੇਂਜ ਅਫਸਰ ਸਾਹਿਬ ਪਹੁੰਚੇ ਸੀਗੇ। ਅਤੇ ਉਹਨਾਂ ਨੇ ਸਾਨੂੰ ਦੱਸਿਆ ਵੀ ਫੋਰੈਸਟ ਮਹਿਕਮਾ ਇਸ ਲਈ ਪੂਰਾ ਤਿਆਰ ਹੈ। ਉਹਨਾਂ ਨੇ ਇੱਕ ਜੰਗਲਾ ਕੇਜ ਅਤੇ ਜਿਹੜਾ ਇਹਨੂੰ ਨਿਊਟਰਲਾਈਜ਼ ਕਰਨ ਲਈ ਜਾਂ ਬੇਹੋਸ਼ ਕਰਨ ਲਈ ਤੇਂਦੂਏ ਨੂੰ ਇੱਕ ਇੰਜੈਕਸ਼ਨ ਹੁੰਦਾ ਉਹ ਮੰਗਾ ਲਿਆ, ਅਤੇ ਪੂਰੀ ਉਹਨਾਂ ਨੇ ਤਿਆਰੀ ਕੀਤੀ ਹੋਈ ਹੈ। ਮੈਂ ਇਲਾਕੇ ਦੇ ਲੋਕਾਂ ਨੂੰ ਇਹ ਤੁਹਾਡੇ ਰਾਹੀਂ ਮਾਧਿਅਮ ਰਾਹੀਂ ਇਹ ਸੁਨੇਹਾ ਦੇਣਾ ਚਾਹੁੰਦਾ ਵੀ ਡਰਨ ਦੀ ਬਿਲਕੁਲ ਲੋੜ ਨਹੀਂ ਹੈ। ਪ੍ਰਸ਼ਾਸਨ, ਫੋਰੈਸਟ ਮਹਿਕਮਾ ਅਤੇ ਪੁਲਿਸ ਤੁਹਾਡੇ ਨਾਲ ਹੈ। ਜਦੋਂ ਲੋੜ ਹੋਊਗੀ ਸਾਡੇ ਉੱਤੇ ਮੋਬਾਈਲ ਨੰਬਰਾਂ 'ਤੇ ਪਹੁੰਚਿਓ, ਫੋਨ ਕਰ ਦਿਓ, ਅਸੀਂ ਮੌਕੇ 'ਤੇ ਪਹੁੰਚਾਂਗੇ। ਅਤੇ ਇਹਦੇ ਤੋਂ ਤੇਂਦੂਏ ਤੋਂ ਦੇਖ ਕੇ ਕੋਈ ਅਫਵਾਹ ਨਾ ਫੈਲਾਏ ਤਾਂ ਕਿ ਲੋਕਾਂ ਦੇ ਵਿੱਚ ਕੋਈ ਆਪਣਾ ਨਿਊਸੈਂਸ ਕ੍ਰੀਏਟ ਨਾ ਹੋਏ। ਇਸ ਲਈ ਮੈਂ ਚਾਹੁੰਦਾ ਵੀ ਲੋਕ ਅਲਰਟ ਰਹਿਣ ਅਤੇ ਸਾਨੂੰ ਜਦੋਂ ਲੱਗੇ ਸਾਨੂੰ ਸੁਨੇਹਾ ਦੇ ਦਿਓ। ਇਹ ਹੈਗੀ ਆ ਸਵੇਰੇ 3 ਵਜੇ ਦੀ ਗੱਲ। ਹਾਂਜੀ, ਫਿਰ ਉਹ ਤੋਂ ਬਾਅਦ ਅਸੀਂ ਜਦ ਦੇਖਿਆ ਗੇਟ ਦੇ ਥੱਲੇ ਨੂੰ ਦੇਖਿਆ ਵੀ ਇਹ ਕਹਿੰਦਾ ਵੀ ਚੀਤਾ ਖੜਾ ਬਾਹਰ, ਮੈਂ ਕਿਹਾ ਰੌਲਾ ਨਾ ਪਾ ਵੀ ਫੋਨ ਕਰਦਾ ਕਿਸੇ ਨੂੰ। ਫਿਰ ਅਸੀਂ ਵੀਰ ਜੀ ਨੂੰ ਫੋਨ ਕਰਿਆ ਇੱਧਰ, ਵੀਰ ਜੀ ਇੱਥੇ ਲੋਕਾਂ ਨੂੰ ਕਹਿ ਦਿਓ ਵੀ ਮਾੜੇ ਜਿਹੇ ਚੌਕਸ ਹੋ ਕੇ ਪੈਣ ਵੀ ਕੇਂਦੂ ਫਿਰਦਾ ਇੱਥੇ। ਅਤੇ ਉਹ ਤੋਂ ਬਾਅਦ ਇਹਨਾਂ ਨੇ ਫੋਨ ਕਰਿਆ ਸਾਰੇ ਪਾਸੇ ਘੁਮਾਏ। ਠੀਕ ਹੈ ਜੀ। ਅਤੇ ਉਹ ਤੋਂ ਬਾਅਦ ਫਿਰ ਇੱਧਰ ਆਇਆ ਜੀ। ਉਹ 3:50 'ਤੇ ਜਦ ਫੋਨ ਆਇਆ ਸੀ, ਸਾਡੇ ਮੁੰਡੇ ਲੋਕ ਬਾਹਰ ਸੁਣਦੇ ਸੀਗੇ 4-5, ਅਸੀਂ ਕਮਰੇ ਨਾਲ ਆਇਆ ਸੀ ਬਾਹਰ। ਇੱਕ ਮੁੰਡੇ ਨੂੰ ਕਹਿੰਦੇ ਸਾਰਿਆਂ ਨੂੰ ਜਗਾ ਦਿਓ, ਇਹਨੇ ਜਗਾ ਕੇ ਜਦ ਅਸੀਂ ਜਗਾਇਆ ਤਾਂ ਉੱਥੇ ਕੁੱਤਾ ਭੁਗਦੇ ਸੀਗੇ ਨਾ, ਕੁੱਤੇ ਨੂੰ ਉਹ ਪੈ ਗਏ ਸੀਗੇ ਕੰਧ ਟਪਕਾ ਕੇ, ਕੁੱਤੇ ਨੂੰ ਪੈ ਗਿਆ। ਜਦ ਹਮ ਲੋਕ ਡੰਗ ਡੁੰਗ ਲੈ ਕੇ ਚ ਗਿਆ ਤਾਂ ਉਹਨਾਂ ਨੇ ਫਿਰ ਜਾ ਕੇ ਕੰਧ ਉਹ ਟਪ ਗਿਆ। ਤਾਂ ਮੁੰਡੇ ਨੂੰ ਦੇਖਿਆ ਵੀ ਚੱਲ ਪਈ ਸਾਰੇ, ਅਸੀਂ ਸਾਰੇ ਬੰਦੇ ਮਿਲ ਗਏ, ਅਸੀਂ ਡੰਗ ਲੈ ਕੇ ਖੜਾ ਹੋ ਗਿਆ, ਕੁੱਤੇ ਪੈ ਰਹੇ ਸੀਗਾ, ਇੱਕ ਕੁੱਤਾ ਹੋਰ ਪੈ ਗਿਆ, ਦੋਨੋਂ ਕੁੱਤੇ ਛੱਡ ਕੇ ਉਹਨਾਂ ਕੰਧ ਟਪ ਕੇ ਜੀਰੀ 'ਤੇ ਲੰਘ ਗਏ ਸੀਗੇ। ਮਤਲਬ ਤੁਸੀਂ ਆਪਣੀਆਂ ਅੱਖਾਂ ਨਾਲ ਦੇਖੇ ਸੀ ਜੀ? ਖੁਦ ਅੱਖਾਂ ਨਾਲ ਦੇਖਿਆ ਸੀ। 5 ਅਸੀਂ 2 ਭਾਂਜੇ ਸੀਗੇ, 2 ਮੁੰਡੇ ਸੀਗੇ ਸਾਡੇ। ਮੈਨੂੰ 4 ਵਜੇ ਦੇ ਕਰੀਬ ਕੱਲ੍ਹ ਆਈਆਂ ਸੀਗੀਆਂ ਜੀ। ਮੈਂ ਉਸ ਟਾਈਮ ਇਸ਼ਨਾਨ ਕਰ ਰਿਹਾ ਸੀਗਾ। ਜਦੋਂ ਮੈਂ ਇਸ਼ਨਾਨ ਕਰਕੇ ਮੈਂ ਦੇਖਿਆ ਵੀ ਗੁਰਦਿਆਲ ਸਿੰਘ ਦਾ ਜੋ ਇੱਕ ਇੱਥੇ ਸਾਡੇ ਤਲੋਪੜੀ ਰਹਿ ਰਿਹਾ ਸਕੂਲ ਦੇ ਕੋਲ, ਅਤੇ ਉਹਨਾਂ ਨੇ ਮੈਨੂੰ ਦੱਸਿਆ ਵੀ ਇੱਥੇ ਆ ਕੇ ਬਾਬੇ ਤੁਸੀਂ ਅਨਾਊਂਸਮੈਂਟ ਕਰ ਦਿਓ ਵੀ ਆਪਣੇ ਪਿੰਡ ਦੇ ਵਿੱਚ ਤੰਦੂਆ ਆ ਗਿਆ। ਅਤੇ ਜਦੋਂ ਮੈਂ 8 ਕਾਲਾਂ ਦੇਖੀਆਂ ਨੇ ਮੈਨੂੰ, ਫਿਰ ਉਸ ਤੋਂ ਬਾਅਦ ਫਿਰ ਮੈਂ ਕਿ ਫਟਾਫਟ ਗੁਰਦੁਆਰਾ ਸਾਹਿਬ ਗਿਆ।
ਗੁਰਦੁਆਰਾ ਸਾਹਿਬ ਜਾ ਕੇ ਮੈਂ ਅਨਾਊਂਸਮੈਂਟ ਕੀਤੀ ਵੀ ਭਾਈ ਆਪਣੇ ਆਪਣੇ ਘਰਾਂ ਤੋਂ ਬਾਹਰ ਨਹੀਂ ਨਿਕਲਣਾ ਹਜੇ, ਤਾਲੇ ਲਾ ਕੇ ਰੱਖੋ, ਆਪਣੇ ਪਿੰਡ ਤੰਦੂਆ ਘੁੰਮ ਰਿਹਾ, ਕੋਈ ਜਾਨੀ ਨੁਕਸਾਨ ਨਾ ਕੋਈ ਹੋ ਜਾਵੇ ਕਿਸੇ ਦਾ, ਜੋ ਕਿ ਸਾਡੇ ਪਿੰਡ ਦੇ ਵਿੱਚ ਤੁਹਾਨੂੰ ਪਤਾ ਸਾਜਰੇ ਲੋਕ ਨਿਕਲਦੇ ਨੇ, ਬੱਚੇ ਵੀ ਨਿਕਲਦੇ ਨੇ, ਇਸ ਕਰਕੇ ਅਸੀਂ ਇਹਨਾਂ ਨੂੰ ਮਤਲਬ ਅਨਾਊਂਸਮੈਂਟ 3-4 ਵਾਰ ਮੈਂ ਕਰਤੀ ਸੀ ਥਾਣੇ ਗੋਬਿੰਦਗੜ੍ਹ ਤੋਂ। ਉਹਨਾਂ ਨੇ ਆ ਕੇ ਪੁੱਛਿਆ ਵੀ ਕੀ ਗੱਲਬਾਤ ਹੈ ਇੱਥੇ, ਵੀ ਇੱਥੇ ਸੱਚ ਗੱਲ ਆ? ਅਤੇ ਜਿਹੜੇ ਬੰਦੇ ਹੁਣ ਇੱਥੇ ਸੀਗੇ ਉਹਨਾਂ ਨੇ ਕਿਹਾ ਹਾਂਜੀ ਅਸੀਂ ਦੇਖਿਆ, ਬੀਬੀ ਚਰਨਜੀਤ ਘਰ ਉਹਦੇ ਵਾਈਫ ਹਸਬੈਂਡ ਸੀਗੇ ਸਰਦਾਰ ਸ਼ਮਸ਼ੇਰ ਸਿੰਘ ਜੀ, ਉਹ ਕਹਿੰਦੇ ਹਾਂਜੀ ਅਸੀਂ ਦੇਖਿਆ ਆਪ ਵੀ ਇੱਥੇ ਪਿੰਡ ਦੇ ਵਿੱਚ ਆਏ ਨੇ, ਅਤੇ ਉਹ ਇੰਨੀ ਗੱਲ ਪੁੱਛ ਕੇ ਇਹਨਾਂ ਨੂੰ ਨੰਬਰ ਲੈ ਕੇ ਉਹ ਚਲੇ ਗਏ, ਉਸ ਤੋਂ ਬਾਅਦ ਕੋਈ ਨਹੀਂ ਆਇਆ ਜੀ।